ਤੁਸੀਂ ਦੇਖ ਰਹੇ ਹੋ ਜਲਾਲਾਬਾਦ ਆਨਲਾਈਨ ਇਸ ਵੇਲੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਤੋਂ। ਦੱਸ ਦਈਏ ਕਿ ਗੋਬਿੰਦ ਨਗਰੀ ਦੇ ਵਾਸੀ ਧਰਨੇ ਤੇ ਬੈਠ ਗਏ ਆ, ਹਾਈਵੇ ਦੇ ਉੱਤੇ ਧਰਨਾ ਇਹ ਲੱਗ ਗਿਆ, ਕਾਰਨ ਕੀ ਹੈ ਵੀ ਜਾਣਾਂਗੇ, ਪਰ ਦੱਸ ਦਈਏ ਕਿ ਮਸਲਾ ਜਿਹੜਾ ਹੈਗਾ ਉਹ ਕਿਸੇ ਜ਼ਿਮੀਦਾਰ ਦੇ ਨਾਲ ਉਲਝਾ ਹੋਇਆ। ਉਸ ਤੋਂ ਬਾਅਦ ਦੀਆਂ ਇਹ ਤਸਵੀਰਾਂ ਲਾਈਵ ਤੁਹਾਨੂੰ ਦਿਖਾ ਰਹੇ ਹਾਂ। ਕਮੈਂਟ ਕਰਕੇ ਦੱਸਣਾ ਕਿ ਆਵਾਜ਼ ਜਿਹੜੀ ਆ ਉਹ ਸਹੀ ਆ ਰਹੀ ਹੈ, ਤਾਂ ਉਸ ਤੋਂ ਬਾਅਦ ਇਹ ਮਸਲਾ ਕੀ ਹੈ ਵੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਫਿਲਹਾਲ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਧਰਨਾ ਲੱਗ ਗਿਆ ਔਰ ਇਹ ਗੋਬਿੰਦ ਨਗਰੀ ਦੇ ਵਾਸੀ ਨੇ ਜਿਨ੍ਹਾਂ ਦੇ ਵੱਲੋਂ ਧਰਨਾ ਲਾਇਆ ਗਿਆ ਔਰ ਥਾਣਾ ਸਿਟੀ ਦੇ SHO ਵੀ ਇੱਥੇ ਮੌਕੇ 'ਤੇ ਪਹੁੰਚ ਗਏ ਨੇ, ਥਾਣਾ ਸਿਟੀ ਦੇ SHO ਇੱਥੇ ਪਹੁੰਚੇ ਨੇ। ਦੱਸ ਦਈਏ ਕਿ ਮਸਲਾ ਕੀ ਹੈ ਵੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਧਰਨਾ ਪ੍ਰਦਰਸ਼ਨ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ, ਕੀ ਕਾਰਨ ਹੈ? ਜਾਣਦੇ ਹਾਂ ਕਿ ਮਸਲਾ ਕੀ ਹੈ। ਮੈਂ ਜੀ ਇਸ ਮੁਹੱਲੇ ਦਾ MC ਆ ਮੌਜੂਦਾ, ਵਾਰਡ ਨੰਬਰ 16 ਗੋਬਿੰਦ ਨਗਰੀ। ਬਜਾਜ ਪੈਟਰੋਲ ਪੰਪ ਤੋਂ ਸਿੱਧਾ ਜਿਹੜਾ ਕਿ ਸਰਕਾਰੀ ਰਸਤਾ ਹੈ 11 ਫੁੱਟ ਦਾ, ਇਹ ਗੋਬਿੰਦ ਨਗਰੀ ਰਹਾਇਸ਼ੀ ਇਲਾਕੇ ਨੂੰ ਜਾਂਦਾ ਹੈ, ਪਰ ਲੇਕਿਨ ਦੋਨੇ ਪਾਸੇ ਇੱਕ ਕਾਕਾ ਨੰਬਰਦਾਰ ਜਿਹੜਾ ਹੈਂਕੜਬਾਜ ਹੈ, ਐਗਰੀਕਲਚਰ ਲੈਂਡ ਆ ਉਹਦੀ ਦੋਨੇ ਪਾਸੇ, ਉਹ ਦੋਨੇ ਪਾਸੇ ਜਿਹੜਾ ਖਾਲੀ ਪਿਆ ਉਹਦਾ, ਉਹ 2 ਮਹੀਨਿਆਂ ਬਾਅਦ ਪਤਾ ਨਹੀਂ ਉਹਨੂੰ ਕੀ ਦੌਰਾ ਪੈਂਦਾ, ਸੜਕ ਦੇ ਨਾਲੋਂ ਨਾਲੋਂ ਖੱਡੇ ਪਾ ਦਿੰਦਾ, ਡੂੰਘੇ ਡੂੰਘੇ JCB ਲਾ ਕੇ। ਹੁਣ ਵੀ ਮੌਕਾ ਵੇਖੋ, ਉਹ ਖੱਡੇ ਪਾਤੇ, ਅੱਜ ਤਾਂ ਇਹਨੇ ਹੱਦ ਹੀ ਕਰ ਦਿੱਤੀ ਕਿ ਜਿਹੜੀ ਸੜਕ ਹੈ ਉਹ ਵਿਚਾਲੋ ਪੱਟਤੀ JCB ਨਾਲ, ਉਹਦੀ ਵਿੱਚ ਇੱਕ ਸਾਡੇ ਮੇਨ ਮੁਹੱਲੇ ਨੂੰ ਜਿਹੜੀ ਸਪਲਾਈ ਵਾਟਰ ਸਪਲਾਈ ਜਾਂਦੀ ਹੈ ਉਹ ਕਰੈਕ ਹੋ ਗਈ ਹੈ। ਉੱਥੋਂ ਦੀ ਬੱਚਾ ਇੱਕ ਸਕੂਲ ਤੋਂ ਆ ਰਿਹਾ ਸੀਗਾ, ਉਹ ਮੋਟਰਸਾਈਕਲ ਦੇ ਪਿਓ ਪਿਤਾ ਜਾ ਰਹੇ ਸੀਗੇ, ਉਹ ਬੱਚਾ ਵਿੱਚ ਡਿੱਗਿਆ, ਉਹਦੀ ਲੱਤ ਟੁੱਟ ਗਈ। ਉਹ ਇਸ ਟਾਈਮ ਕਹਿੰਦੇ ਕਿ ਉੱਥੇ ਹੌਸਪੀਟਲ ਦਾਖਲ ਹੈ, ਕਹਿਣ ਮੁਤਾਬਕ ਮੈਨੂੰ ਨਹੀਂ ਪਤਾ, ਲੋਕ ਕਹਿ ਰਹੇ ਨੇ ਕਿ ਉਹ ਹਸਪਤਾਲ ਦਾਖਲ ਹੈਗਾ। ਅਸੀਂ ਬੜੇ ਪਰੇਸ਼ਾਨ ਹੈ, ਬੜੇ ਵਾਰੀ ਦਰਖਾਸਤਾਂ ਦੇਤੀਆਂ ਪ੍ਰਸ਼ਾਸਨ ਨੂੰ, ਪਰ ਸਾਡੀ ਕਦੇ ਨਹੀਂ ਸੁਣੀ ਗਈ। ਅੱਜ ਅਸੀਂ ਜਦੋਂ ਸਾਡਾ ਅੰਤ ਹੋ ਗਿਆ, ਸਾਨੂੰ ਰਾਹ ਹੀ ਬੰਦ ਕਰ ਦਿੱਤਾ। ਉਹ ਜਦੋਂ ਆਇਆ ਜੀ, ਉਹ ਕਹਿੰਦਾ ਮੇਰੀ ਪ੍ਰੋਪਰਟੀ ਹੈ, ਮੇਰੀ ਦੋਨੇ ਪਾਸੇ ਪ੍ਰੋਪਰਟੀ ਹੈ, ਮੈਂ ਇੱਦਾਂ ਹੀ ਕਰੂੰਗਾ, ਮੈਨੂੰ ਜੋ ਕੁਝ ਹੁੰਦਾ ਕਰ ਲਓ, ਮੇਰੇ ਕੋਲ ਵਾਧੂ ਪੈਸਾ ਹੈ, ਮੇਰੀ ਪਹੁੰਚ ਬਹੁਤ ਹੈ, ਸਰਕਾਰੀ ਸੜਕ ਹੈਗੀ ਹੈ, ਜਿਹੜਾ ਕਿ ਘੱਟੋ ਘੱਟ 400 ਪਰਿਵਾਰ ਇੱਥੇ ਵਸਿਆ ਹੋਇਆ, ਘਰ ਹੈਗੇ ਨੇ ਲੋਕਾਂ ਦੇ, ਨਿੱਕੇ ਨਿੱਕੇ ਬੱਚੇ ਸਕੂਲ ਜਾਂਦੇ ਹੈ, ਜਦੋਂ ਬਾਰਿਸ਼ ਹੋ ਜਾਂਦੀ ਹੈ ਵੇਖਣ ਵਾਲਾ। ਇੱਥੇ ਇੱਕ ਜਿਹੜੀ ਹੈ 2 ਕਿਲੋ ਜਿਹੜਾ ਕਿਲੋਮੀਟਰ ਦਾ ਸਫ਼ਰ ਹੈ, ਇਹ ਇੱਕ ਸਾਈਡ 'ਤੇ ਵੈਨ ਖੜ੍ਹ ਜਾਂਦੀ, ਇੱਕ ਦੂਜੇ ਸਾਈਡ 'ਤੇ ਖੜ੍ਹ ਜਾਂਦੀ, ਅਸੀਂ ਬਹੁਤ ਪਰੇਸ਼ਾਨ ਹਾਂ। ਪਰ ਇਹ ਜਿਹੜਾ ਕਮਾਂਡੀ ਬੜਾ ਹੀ ਹੈਂਕੜਬਾਜ, ਅੱਜ ਸਾਡੀਆਂ ਔਰਤਾਂ ਨੂੰ ਬਹੁਤ ਗਲਤ ਭੱਲੇ ਸ਼ਬਦਾਂ ਲਈ ਬੋਲੀਆਂ ਨੇ, ਸਾਨੂੰ ਵੀ ਬੋਲਦਾ, ਪਰ ਲੇਕਿਨ ਸਾਡਾ ਕੋਈ ਹੱਲ ਨਹੀਂ ਪ੍ਰਸ਼ਾਸਨ ਕਰ ਰਿਹਾ। ਸਾਡੀ ਹੱਥ ਬੰਨ ਕੇ ਬੇਨਤੀ ਹੈ, ਅੱਜ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਰੋਡ 'ਤੇ ਆਏ ਹਾਂ, SDM ਸਾਹਿਬ, DC ਸਾਹਿਬ, ਅਸੀਂ ਪੁਲਿਸ ਨੂੰ ਕਹਿੰਦੇ ਹਾਂ, ਪੁਲਿਸ ਕਹਿੰਦੀ ਕਿ ਸਾਡਾ ਕੰਮ ਨਹੀਂ, ਇਹ ਕੰਮ ਸਿਰਫ ਸਾਡੇ ਸਿਵਲ ਪ੍ਰਸ਼ਾਸਨ ਦਾ ਹੈ। ਮੇਰੀ ਬੇਨਤੀ ਹੈ DC ਸਾਹਿਬ, SDM ਸਾਹਿਬ, ਸਾਡੀ ਹੁਣੇ ਆ ਕੇ ਸੁਣੋ, ਸਾਡੇ ਬੱਚਿਆਂ ਨੂੰ ਪਾਣੀ ਦੇ ਭੁੱਖੇ ਮਰਦੇ ਆ, ਪੈਸੇ ਮਰ ਜਾਣਗੇ। ਉਹ ਵਾਟਰ ਸਪਲਾਈ ਜਿਹੜੀ ਇੱਥੋਂ ਇਹਨੇ ਤੋੜ ਦਿੱਤੀ ਹੈ, ਸਾਡੇ ਬੱਚਿਆਂ ਨੇ ਸਵੇਰੇ ਸਕੂਲ ਜਾਣਾ, ਉਹਨਾਂ ਦੀਆਂ ਵੈਨਾਂ ਕਿੱਥੋਂ ਜਾਣਗੀਆਂ। ਸਾਰੀ ਸੜਕ ਦਾ ਜਿਹੜਾ ਸੱਤਿਆਨਾਸ਼ ਕਰ ਦਿੱਤਾ ਹੈ, ਅਸੀਂ ਬੜੀ ਮਿਹਨਤ ਨਾਲ, ਮਿੰਨਤਾਂ ਨਾਲ ਬਣਵਾਈ ਹੈ, ਉਹ ਸੜਕ ਦੋਨੋਂ ਪਾਸੋਂ ਕਰੈਕ ਹੋ ਗਈ ਹੈ, ਬਹੁਤ ਨੁਕਸਾਨ ਕਰ ਦਿੱਤਾ ਗੌਰਮੈਂਟ ਦਾ ਵੀ ਇਹਨੇ, ਘਰਾਂ ਦੇ ਅੱਗੇ ਅੱਗੇ ਜਿੰਨੀ ਸੜਕ ਹੈਗੀ ਹੈ ਸਾਰੀਆਂ ਨਾਲੋਂ ਮਿੱਟੀ ਪੱਟ ਦਿੱਤੀ ਹੈ, ਤੁਸੀਂ ਜਾ ਕੇ ਦੇਖੋ, ਉਹਦਾ ਬਹੁਤ ਵੱਡਾ ਨੁਕਸਾਨ ਜਿਹੜਾ ਗੌਰਮੈਂਟ ਦਾ ਕਰ ਦਿੱਤਾ ਇਹਨੇ।
ਇਸ ਬੰਦੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸਾਡੀ ਜਿਹੜੀ 11 ਫੁੱਟ ਸੜਕ ਆ ਉਹਦੇ ਨਾਲ ਹੋਰ 4 ਫੁੱਟ ਸੜਕ ਸਾਨੂੰ ਲੈ ਕੇ 15 ਫੁੱਟ ਦੀ ਗਰਜ ਕੀਤੀ ਜਾਵੇ। ਸਾਡੀ ਪ੍ਰਸ਼ਾਸਨ ਅੱਗੇ ਬੇਨਤੀ ਹੈ, ਸਾਡੇ ਬੱਚੇ ਬਹੁਤ ਪਰੇਸ਼ਾਨ ਨੇ, ਅਸੀਂ ਬਹੁਤ ਪਰੇਸ਼ਾਨ ਆ, ਸਾਡੀ ਹੱਥ ਬੰਨ ਕੇ ਫੇਰ ਬੇਨਤੀ ਸਾਰੇ ਮਹੱਲੇ ਦੀ। ਇਹ ਦੋ ਤਿੰਨ ਦਿਨ ਪਹਿਲਾਂ MC ਸਾਹਿਬ, ਅਸੀਂ ਮਹੱਲੇ ਵੱਲੋਂ 5-7 ਬੰਦੇ 10 ਬੰਦੇ ਰਲ ਕੇ ਗਏ ਆ, MLA ਸਾਹਿਬ ਤੱਕ ਵੀ ਗੱਲ ਪਹੁੰਚਾਈ ਵੀ ਸਾਨੂੰ ਗਲੀ ਦਿੱਤੀ ਜਾਵੇ। 10 ਫੁੱਟ ਦਾ ਰਸਤਾ, ਜੇ ਅੱਗੋਂ ਵਹੀਕਲ ਆ ਜਾਂਦਾ ਤੇ ਇਧਰੋਂ ਵਹੀਕਲ ਕ੍ਰੋਸ ਨਹੀਂ ਹੁੰਦਾ। 2 ਵਾਰੀ ਸਕੂਲ ਵੈਨ ਵੀ ਪਲਟ ਚੁੱਕੀ ਹੈ, ਫਿਰ ਉਹਨਾਂ ਨੇ ਹਾਂਜੀ ਇਹ ਰਸਤਾ ਇਹਨਾਂ ਨੇ ਅੱਜ ਪੱਟਿਆ ਹੈ, ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਇਹ ਜਾ ਰਹੇ ਨੇ ਪ੍ਰਸ਼ਾਸਨ ਕੋਲ, ਇਹਨਾਂ ਨੇ ਰਸਤਾ ਪੱਟ ਕੇ ਪੂਰਾ ਰਾਹ ਬੰਦ ਕਰਤਾ। ਬਿਲਕੁਲ ਦੱਸ ਦਈਏ ਕਿ ਪੰਜਾਬ ਪੁਲਿਸ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਰੋਡ ਖਾਲੀ ਕਰਾਈ ਜਾ ਰਹੀ ਹੈ ਔਰ ਮਹੱਲਾ ਵਾਸੀ ਜਿਹੜੇ ਹੈਗੇ ਆ ਉਹ ਇਸ ਦਾ ਵਿਰੋਧ ਕਰ ਰਹੇ ਆ। ਪੁਲਿਸ ਕਹਿ ਰਹੀ ਹੈ ਕਿ ਰੋਡ ਜਿਹੜੀ ਆ ਉਹ ਜਾਮ ਨਹੀਂ ਕਰਨ ਦਿੱਤੀ ਜਾਏਗੀ ਔਰ ਮਹੱਲੇ ਵਾਲੇ ਜਿਹੜੇ ਆ ਕਿ ਉਹਨਾਂ ਦੇ ਨਾਲ ਬਹਿਸ ਦੇ ਹੋਏ ਦਿਖਾਈ ਦੇ ਰਹੇ ਆ। ਬਿਲਕੁਲ ਦੱਸ ਦਈਏ ਕਿ ਸਾਡੇ ਨਾਲ ਪੁਲਿਸ ਵੀ ਧੱਕਾ ਕਰ ਰਹੀ ਹੈ, ਸਾਡੇ ਨਾਲ ਪੁਲਿਸ ਧੱਕਾ ਕਰ ਰਹੀ ਹੈ, ਜਿਹੜਾ ਕਿ ਇਹਨਾਂ ਨੇ ਮੌਕਾ ਵੇਖਣਾ ਸੀ ਸਾਨੂੰ ਉਠਾ ਰਹੇ ਆ, ਜ਼ਬਰਦਸਤੀ ਕਰ ਰਹੇ ਸਾਡੇ ਤੇ। ਤੁਸੀਂ ਜੀ ਸਾਹਿਬ ਸਾਡੀ ਅੱਗੇ ਸੁਣੋ, ਸਾਨੂੰ ਪੁਲਿਸ ਪ੍ਰਸ਼ਾਸਨ ਨਹੀਂ ਸੁਣੇ, ਜਦੋਂ ਅਸ਼ੋਕ ਮੋਹ ਸੜਕ ਬੰਦ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਰੋਡ ਤੋਂ ਸਾਈਡ ਤੇ ਹੋ ਕੇ ਗੱਲ ਕਰੋ, ਇਹ ਆਖਿਆ ਜਾ ਰਿਹਾ ਕਿ ਰੋਡ ਤੋਂ ਸਾਈਡ ਤੇ ਹੋ ਜਾਓ, ਪਰ ਜਿਹੜੇ ਮਹੱਲਾ ਵਾਸੀ ਹੈ ਉਹ ਆਪਣੀ ਜਿੱਦ ਤੇ ਅੜੇ ਹੈ ਔਰ ਪੁਲਿਸ ਤੇ ਆਰੋਪ ਲਾ ਰਹੇ ਹੈ ਕਿ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਤਾਂ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਲਾਈਵ ਦਿਖਾ ਰਹੇ ਹਾਂ, ਸਮੇਂ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਤੋਂ, ਜਿੱਥੇ ਧਰਨਾ ਲਾਉਣ ਲੱਗੇ ਸੀ ਮਹੱਲਾ ਵਾਸੀ ਰੋਡ ਤੇ ਪਹੁੰਚੇ ਸਨ। ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਪੁਲਿਸ ਅਤੇ ਮਹੱਲਾ ਵਾਸੀਆਂ ਦੇ ਵਿਚਾਲੇ ਜਿਹੜਾ ਕੀ ਹੈ ਇਹ ਵਿਵਾਦ ਹੁੰਦਾ ਆਇਆ ਦਿਖਾਈ ਦੇ ਰਿਹਾ। ਤਸਵੀਰਾਂ ਲਾਈਵ ਜਿਹੜੀਆਂ ਉਹ ਤੁਹਾਨੂੰ ਦਿਖਾ ਰਿਹਾ ਇਸ ਸਮੇਂ ਦੀਆਂ, ਜਲਾਲਾਬਾਦ ਦੇ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਤੋਂ ਬਜਾਜ ਪੈਟਰੋਲ ਪੰਪ ਦੇ ਸਾਹਮਣੇ ਗੋਬਿੰਦ ਨਗਰੀ ਨੂੰ ਜਿਹੜੀ ਸੜਕ ਜਾਂਦੀ ਆ ਉਸ ਸੜਕ ਨੂੰ ਲੈ ਕੇ ਮਹੱਲਾ ਵਾਸੀ ਪਰੇਸ਼ਾਨ ਹੋਏ ਹੈ। ਉਹ ਬੰਦੇ ਨੂੰ ਜਾਣ ਤੇ ਨਹੀਂ ਦੇ ਰਿਹਾ ਕੋਈ।
ਵਜ੍ਹਾ ਹੈਗੀ ਹੈ, ਵਜ੍ਹਾ ਕਿਉਂ ਵਜ੍ਹਾ ਹੈਗੀ ਹੈ, ਪ੍ਰਚਾਰ ਸੁਣਾ ਰਹੇ ਆ, ਸਾਈਡ ਤੇ ਆਜੋ। ਤਾਂ ਬਿਲਕੁਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਕੀ ਹੈ ਅਧਿਕਾਰੀਆਂ ਨੂੰ ਇੱਥੇ ਬੁਲਾਇਆ ਜਾ ਰਿਹਾ ਹੈ। ਔਰ ਦੱਸ ਦਈਏ ਕਿ ਮਹੱਲਾ ਵਾਸੀ ਕਹਿੰਦੇ ਹੈ ਕਿ ਅਧਿਕਾਰੀ ਉਹਨਾਂ ਦੀ ਸਾਰ ਨਹੀਂ ਲੈ ਰਹੇ ਆ, ਨਹੀਂ ਆਉਂਦੇ, ਤਾਂ ਹੁਣ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅਧਿਕਾਰੀਆਂ ਨੂੰ ਬੁਲਾਇਆ ਜਾ ਰਿਹਾ। ਔਰ ਦੇਖਦੇ ਆ ਅਧਿਕਾਰੀ ਇੱਥੇ ਆਉਂਦੇ ਆ ਕੀ ਹੁੰਦਾ ਕੀ ਨਹੀਂ ਹੁੰਦਾ। ਫਿਲਹਾਲ ਦੀਆਂ ਤਸਵੀਰਾਂ ਲਾਈਵ ਜਿਹੜੀਆਂ ਹੈਗੀਆਂ ਉਹ ਤੁਹਾਨੂੰ ਦਿਖਾ ਰਹੇ ਹਾਂ, ਜਿੱਥੇ ਪੁਲਿਸ ਦੇ ਵੱਲੋਂ ਜਿਹੜਾ ਕਿ ਰੋਡ ਜਾਮ ਕਰਨ ਤੋਂ ਰੋਕਿਆ ਗਿਆ, ਪਰ ਲੋਕ ਜਿਹੜੇ ਆ ਉਹ ਆਪਣੀ ਗੱਲ ਤੇ ਅੜੇ ਹੋਏ ਆ। ਧਰਨਾ ਰਾਤ ਨੂੰ ਸਾਨੂੰ ਲਾਉਣਾ ਪਿਆ, ਅਸੀਂ ਲਾਵਾਂਗੇ। ਫਿਰ ਸਾਡੀ ਬੇਨਤੀ ਹੈ ਸਿਵਲ ਪ੍ਰਸ਼ਾਸਨ ਨੂੰ, ਐਸ ਡੀ ਐਮ ਸਾਹਿਬ, ਡੀ ਸੀ ਸਾਹਿਬ, ਸਾਡਾ ਆ ਕੇ ਹੱਲ ਕਰ ਦਿਓ। ਸਾਡੇ ਬੱਚੇ ਪਰੇਸ਼ਾਨ ਨੇ, ਅਸੀਂ ਪਰੇਸ਼ਾਨ ਹੈ, ਸਾਡਾ ਜੀ ਨਹੀਂ ਕਰਦਾ। ਅਸੀਂ ਇੰਨੀ ਗਰਮੀ ਦੇ ਵਿੱਚ ਲੋਕਾਂ ਨੂੰ ਪਰੇਸ਼ਾਨ ਕਰੀਏ ਜਾਂ ਅਸੀਂ ਖੁਦ ਪਰੇਸ਼ਾਨ ਹੈਗੇ ਹੈ, ਪਰ ਲੇਕਿਨ ਸਾਡੀ ਜਲਦੀ ਤੋਂ ਜਲਦੀ ਕੋਈ ਨੁਮਾਇੰਦਾ ਭੇਜ ਕੇ ਆਪਦਾ, ਤੁਸੀਂ ਆਪਣਾ ਸੀਨੀਅਰ ਆਫੀਸਰ, ਸਾਡੀ ਗੱਲ ਸੁਣੋ, ਮੌਕਾ ਆ ਕੇ ਵੇਖੋ। ਬਹੁਤ ਮਾੜਾ ਹਾਲ ਹੈ ਲੋਕਾਂ ਦੇ ਵਿੱਚ, ਬਹੁਤ ਪੈਨਿਕ ਹੋ ਰਹੇ ਨੇ। ਫਿਰ ਨਾ ਕਿਹਾ ਕੋਈ ਕਿਸੇ ਦਾ ਵੀ ਨੁਕਸਾਨ ਹੋ ਸਕਦਾ ਹੈ, ਪਰ ਲੇਕਿਨ ਸਾਨੂੰ ਪੁਲਿਸ ਨੂੰ ਸਾਡੀ ਮਦਦ ਕਰਨੀ ਚਾਹੀਦੀ ਹੈ। ਪੁਲਿਸ ਸਾਨੂੰ ਧੱਕੇ ਮਾਰ ਰਹੀ ਹੈ, ਸਾਨੂੰ ਕਹਿੰਦੇ ਅਸੀਂ ਬੁਲਾ ਰਹੇ ਹਾਂ ਮੁਲਾਜ਼ਮਾਂ ਨੂੰ, ਅਸੀਂ ਸਿਵਲ ਪ੍ਰਸ਼ਾਸਨ ਨੂੰ ਕਹਿ ਕੇ ਅਸੀਂ ਬੁਲਾ ਰਹੇ ਹਾਂ, ਪਰ ਸਾਨੂੰ ਬੇਨਤੀ ਹੈਗੀ ਹੈ ਕਿ ਉਸ ਬੰਦੇ ਨੇ ਕੋਈ ਮਨਜ਼ੂਰੀ ਨਹੀਂ ਲਈ ਸੜਕ ਤੋੜਨ ਵਾਸਤੇ, ਪਰ ਲੇਕਿਨ ਪੁਲਿਸ ਪ੍ਰਸ਼ਾਸਨ ਅਸੀਂ ਦੇਖਦੇ ਹਾਂ, 5-7 ਮਿੰਟ ਵਾਸਤੇ ਇੰਸਪੈਕਟਰ ਸਾਹਿਬ ਆਏ ਹੈ, ਪਰ ਸਾਨੂੰ ਹਮਦਰਦੀ ਆ ਉਹਨਾਂ ਦੇ ਨਾਲ। ਚਲੋ ਤੁਹਾਡਾ ਇਹ ਕੰਮ ਨਹੀਂ ਹੈਗਾ ਸਿਵਲ ਪ੍ਰਸ਼ਾਸਨ ਦਾ, ਪਰ ਸਾਡੇ ਨਾਲ ਕੋਈ ਵੀ ਨੁਮਾਇੰਦਾ ਆ ਕੇ ਗੱਲ ਕਰੇਗਾ, ਫਿਰ ਅਸੀਂ ਉਸ ਤੋਂ ਬਾਅਦ ਅਗਲਾ ਡਿਸੀਜਨ ਲਵਾਂਗੇ। ਸਾਰਾ ਮਹੱਲਾ ਜਿਹੜਾ ਇੱਥੇ ਇਕੱਠਾ ਹੈਗਾ ਪਰੇਸ਼ਾਨ ਆ, ਰੋਡ ਦੋਨੋਂ ਪਾਸੋਂ ਰੋਡ ਅਸੀਂ ਬੰਦ ਕਰ ਦਾਂਗੇ 15-20 ਮਿੰਟ। ਅਸੀਂ ਫਿਰ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ, ਜਲਦੀ ਆ ਕੇ ਸਾਡੀ ਗੱਲ ਸੁਣੋ ਜੀ। ਤਾਂ ਬਿਲਕੁਲ ਇਹ ਸਨ ਘਾਰੂ ਐਮ ਸੀ। ਹਾਂਜੀ ਮਾਤਾ, ਜਿਹੜਾ ਅਸੀਂ ਪਾਣੀ ਹੈ ਉਹ ਵੇਖ ਆਏ ਨੇ? ਨਹੀਂ ਹਾਲੀ ਨਹੀਂ ਅਸੀਂ। ਹਾਂ ਉਹ ਮੌਕਾ ਤਾਂ ਵੇਖੋ ਜਿਹੜਾ ਵੇਖ ਲਿਓ, ਰੋਡ ਪੱਟਿਆ। ਹਾਂ ਤਾਂ ਹੀ ਰੋਂਦੇ ਪਏ ਆ, ਜਾਣੇ ਜਾਣੇ ਉਹ ਵੀ ਦੇਖਦੇ ਆ, ਉਹ ਵੀ ਦੇਖਦੇ ਆ। ਹਾਂ
ਕੋਈ ਕੁਲਦੀਪ ਨੰਬਰਦਾਰ ਹੈ, ਉਹਨੇ ਕਹਿੰਦੇ ਸੜਕ ਪੁੱਟੀ ਹੈ, ਉਹਦੇ ਸੰਬੰਧੀ ਇਹਨਾਂ ਨੇ ਇੱਥੇ ਰੋਸ ਪ੍ਰਦਰਸ਼ਨ ਕੀਤਾ ਸੀ। ਮੈਂ ਈ ਉਹਨੂੰ ਹੁਣੇ ਕਾਲ ਕਰਤੀ, ਉਹ ਆਪਦੇ ਮੁਲਾਜ਼ਮ ਭੇਜ ਕੇ ਤੇ ਇਹਨਾਂ ਦਾ ਮਸਲਾ ਸੋਲਵ ਕਰਵਾ ਦੇਣ। ਉਹਦੇ ਸੰਬੰਧੀ ਤਾਂ ਅਜੇ ਦੇਖਾਂਗੇ, ਕਿਉਂਕਿ ਅਸੀਂ ਅਜੇ ਮੌਕੇ ਤੇ ਨਹੀਂ ਗਈ ਇਹਨਾਂ ਦਾ ਮਾਰਕੀਟ ਦਾ, ਜਿਹੜੇ ਮਿਊਨਿਸਪਲ ਕਮੇਟੀ ਵਾਲਿਆਂ ਦਾ ਕੰਮ ਹੈ ਉਹਨਾਂ ਨੂੰ ਬੁਲਾ ਕੇ ਤੇ ਇਹ ਕਰਵਾ ਦਿੰਦੇ। ਹਾਂਜੀ ਹਾਂਜੀ, ਰੋਡ ਕਲੀਅਰ। ਤਾਂ ਬਿਲਕੁਲ ਦੱਸ ਦਈਏ ਕਿ ਥਾਣਾ ਸਿਟੀ ਜਲਾਲਾਬਾਦ ਦੇ ਇੰਚਾਰਜ ਆਪਾਂ ਉਹਨਾਂ ਨਾਲ ਗੱਲ ਕਰ ਰਹੇ ਸੀ, ਜੋ ਕਹਿ ਰਹੇ ਹੈ ਕਿ ਉਹ ਰੋਡ ਜਿਹੜੀ ਆ ਉਹਨਾਂ ਦੇ ਵੱਲੋਂ ਕਲੀਅਰ ਕਰਾਈ ਗਈ ਆ, ਔਰ ਉਹਨਾਂ ਦੇ ਵੱਲੋਂ ਕਮੇਟੀ ਦੇ ਈਓ ਨਾਲ ਫੋਨ ਤੇ ਸੰਪਰਕ ਕੀਤਾ ਗਿਆ, ਔਰ ਈਓ ਨੇ ਭਰੋਸਾ ਦਿੱਤਾ ਕਿ ਉਹ ਆਪਣੇ ਮੁਲਾਜ਼ਮ ਇੱਥੇ ਭੇਜ ਰਿਹਾ, ਤਾਂ ਉਸ ਤੋਂ ਬਾਅਦ ਇਸ ਮਸਲੇ ਦਾ ਹੱਲ ਕੀਤਾ ਜਾਏਗਾ। ਫਿਲਹਾਲ ਦੀਆਂ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਦਿਖਾ ਰਹੇ ਹਾਂ। ਮਾਹੌਲ ਜਿਹੜਾ ਹੈਗਾ ਇੱਥੇ ਗਹਿਮਾ ਗਹਿਮੀ ਵਾਲਾ ਵੀ ਹੋ ਗਿਆ ਸੀ, ਪਰ ਹੁਣ ਜਿਹੜਾ ਹੈਗਾ ਸ਼ਾਂਤੀ ਹੈ। ਦੱਸ ਦਈਏ ਕਿ ਨਗਰ ਕੌਂਸਲ ਦੇ ਅਧਿਕਾਰੀ ਜਿਹੜੇ ਆ ਉਹਨਾਂ ਨੂੰ ਪੁਲਿਸ ਦੇ ਵੱਲੋਂ ਸੂਚਨਾ ਦਿੱਤੀ ਗਈ ਆ, ਔਰ ਉਹਨਾਂ ਨੂੰ ਬੁਲਾਇਆ ਗਿਆ, ਔਰ ਗੋਬਿੰਦ ਨਗਰੀ ਦੇ ਵਾਸੀ ਕਹਿੰਦੇ ਆ ਕਿ ਇੱਕ ਜ਼ਿਮੀਦਾਰ ਦੇ ਵੱਲੋਂ ਪਾਈਪ ਜਿਹੜੀ ਹੈ ਵਾਟਰ ਸਪਲਾਈ ਦੀ ਉਹ ਤੋੜ ਦਿੱਤੀ ਗਈ ਹੈ, ਤਾਂ ਇੱਕ ਬੱਚਾ ਵੀ ਕਹਿੰਦੇ ਜ਼ਖਮੀ ਹੋਇਆ। ਸਰਕਾਰੀ ਸੜਕ, ਇਲਜ਼ਾਮ ਲੱਗ ਰਿਹਾ ਕਿ ਸਰਕਾਰੀ ਸੜਕ ਦੇ ਵਿਚਾਲੇ ਖੱਡਾ ਕਰ ਦਿੱਤਾ ਗਿਆ, ਸੜਕ ਨੂੰ ਜਿਹੜਾ ਕਿ ਤੋੜ ਦਿੱਤਾ ਗਿਆ, ਜਿਸ ਤੋਂ ਬਾਅਦ ਗੁੱਸਾ ਭੜਕਿਆ ਮਹੱਲਾ ਵਾਸੀਆਂ ਦਾ, ਔਰ ਉਹਨਾਂ ਦੇ ਵੱਲੋਂ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਤੇ ਇਕੱਠੇ ਹੋ ਕੇ ਜਾਮ ਲਾਉਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਸ ਤੋਂ ਬਾਅਦ ਇੱਥੇ ਮੌਕੇ ਤੇ ਥਾਣਾ ਸਿਟੀ ਦੇ SHO, ਥਾਣਾ ਸਦਰ ਦੇ SHO, ਪੁਲਿਸ ਪ੍ਰਸ਼ਾਸਨ ਪਹੁੰਚਦਾ, ਜਿਨ੍ਹਾਂ ਦੇ ਵੱਲੋਂ ਉਹਨਾਂ ਨੂੰ ਧਰਨਾ ਲਾਉਣ ਤੋਂ ਰੋਕਿਆ ਜਾਂਦਾ, ਅਤੇ ਮੌਕੇ ਤੇ ਹੁਣ ਬੁਲਾਇਆ ਜਾ ਰਿਹਾ ਕਮੇਟੀ ਦੇ ਮਾਰਕੀਟ ਕਮੇਟੀ ਨਗਰ ਕੌਂਸਲ ਦੇ ਜਿਹੜੇ ਅਧਿਕਾਰੀ ਹੈਗੇ ਆ ਉਹਨਾਂ ਨੂੰ ਬੁਲਾਇਆ ਜਾ ਰਿਹਾ, ਤਾਂ ਜੋ ਕਿ ਇੱਥੇ ਆ ਕੇ ਉਹ ਇਹ ਪੂਰਾ ਮਸਲਾ ਦੇਖ ਸਕਣ। ਜੋ ਸੜਕ ਦੀ ਗੱਲ ਹੈ ਉਹਦੇ ਵਿੱਚ ਕਿਹਾ ਜਾ ਰਿਹਾ ਕਿ ਹਜੇ ਉਹ ਪੁਲਿਸ ਦਾ ਕਹਿਣਾ ਹੈ ਕਿ ਉਹ ਮੌਕਾ ਦੇਖਣਗੇ, ਤਾਂ ਉਸ ਤੋਂ ਬਾਅਦ ਅੱਗੇ ਦੀ ਕਾਰਵਾਈ ਕਰਨਗੇ। ਬਾਈ ਜੀ ਚਲੋ, ਦੱਸ ਦਈਏ ਕਿ ਜਿਹੜੀ ਸੜਕ ਦੀ ਗੱਲ ਹੈ ਕਿ ਸੜਕ ਪੱਟੀ ਹੈ, ਤਾਂ ਉਹ ਵੀ ਤੁਹਾਨੂੰ ਦਿਖਾਉਂਦੇ ਆ। ਸੜਕ ਕਿਹੜੀ ਜਗ੍ਹਾ ਤੋਂ ਸੜਕ ਜਿਹੜੀ ਆ ਉਹ ਪੱਟੀ ਗਈ ਹੈ ਤੁਹਾਨੂੰ ਉਹ ਵੀ ਦਿਖਾਉਂਦੇ ਆ। ਫਿਲਹਾਲ ਇਹ ਸੜਕ ਹੈ ਜਿਹੜੀ ਗੋਬਿੰਦ ਨਗਰੀ ਨੂੰ ਜਾਂਦੀ, ਕਿੱਥੇ ਕਰਕੇ ਉਹ ਸਾਹਮਣੇ ਬੈਠਾ ਸਾਹਮਣੇ, ਤਾਂ ਹਾਂ ਬੈਠਣਾ ਨਾ ਲੋੜ ਹੀ ਨਹੀਂ, ਤਾਂ ਇਹ ਸੜਕ ਹੈ ਜਿਹੜੀ ਗੋਬਿੰਦ ਨਗਰੀ ਨੂੰ ਜਾਂਦੀ ਹੈ, ਔਰ ਆਰੋਪ ਨੇ ਕਿ ਇਸ ਸੜਕ ਨੂੰ ਵਿਚਾਲੇ ਪੱਟ ਦਿੱਤਾ ਗਿਆ। ਦੋਨੇ ਸਾਈਡਾਂ ਤੋਂ ਤੁਸੀਂ ਦੇਖ ਸਕਦੇ ਹੈ ਕਿ ਖੁਦਾਈ ਜਿਹੜੀ ਆ ਉਹ ਕੀਤੀ ਹੋਈ ਹੈ। ਇਹ ਬਾਈ ਜੀ ਆ ਜਿਹੜੀ ਦੋਨੇ ਸਾਈਡਾਂ ਤੋਂ ਪੁੱਟੀ ਹੈ, ਕਿਹਨਾਂ ਨੇ ਪੁੱਟੀ ਹੈ? ਅੱਛਾ, ਕੰਧ ਵਗੈਰਾ ਕਰਨ ਲੱਗੇ ਹੋਣੇ, ਕੰਧ ਬਣਾਉਣ ਲਈ ਪੁੱਟੀ ਹੈ। ਅੱਛਾ ਅੱਛਾ ਅੱਛਾ,
ਉਹ ਤਾਂ ਚਾਰ ਦੁਆਰੀ ਕਰਨ ਲੱਗੇ ਹੋਣੇ ਨਾ। ਠੀਕ ਹੈ, ਤੇ ਵਿਚਾਲੇ ਉਹ ਜਿਹੜੀ ਪੁੱਟੀ ਆ ਉਹ ਕਿੱਥੇ ਆ? ਅੱਛਾ, ਆਹਾ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਗੋਬਿੰਦ ਨਗਰੀ ਦੀਆਂ। ਔਰ ਅੱਛਾ, ਆਹ ਪੱਟ ਦੀ ਵਿਚਾਲੇ ਇਹ ਕਦੋਂ ਦੀ ਪੱਟੀ ਹੈ? ਇਹ ਸਵੇਰ ਦੀ ਪੱਟੀ ਜੀ, ਲਗਭਗ 10-11 ਵਜੇ। ਆ ਪਾਣੀ? ਇਹ ਪਾਣੀ ਉਹੀ ਟੁੱਟੀ ਵਾਲਾ ਜੀ। ਅੱਛਾ, ਇਹ ਤੋੜ ਦਿੱਤੀ ਦੋ ਤਿੰਨ, ਪਾਈਪ ਟੁੱਟ ਗਈ ਹੈ? ਹਾਂਜੀ ਹਾਂਜੀ। ਅੱਛਾ, ਸਾਰੇ ਮੱਲੇ ਦਾ ਜਾਨੀ ਕਿ ਪਾਣੀ ਇਧਰੋਂ ਹੀ ਜਾ ਰਿਹਾ ਸੀ ਤੇ ਪਾਣੀ ਨਹੀਂ ਹੁਣ ਜਾ ਰਿਹਾ ਅੱਗੇ। ਹਾਂਜੀ। ਅੱਛਾ, ਉਹ ਟਰਾਲੀ ਫਸ ਗਈ ਉਹ? ਹਾਂਜੀ ਹਾਂਜੀ। ਅੱਛਾ, ਇਹ ਕਦੋਂ ਪੱਟੀ ਗਈ ਹੈ? ਇਹ ਤਕਰੀਬਨ 10-11 ਵਜੇ ਦੀ ਗੱਲ ਹੈ ਜੀ। ਅੱਜ? ਹਾਂਜੀ ਹਾਂਜੀ। ਅੱਛਾ, ਇਹ ਵਿਚਾਲੇ ਪੱਟੀ ਤੁਸੀਂ ਉਹਨਾਂ ਕੋਲ ਪੁੱਛਿਆ ਨੀ ਕਾਰਨ ਕੀ ਹੈ, ਕਿਉਂ ਪੱਟੀ ਗਈ ਹੈ? ਮਤਲਬ ਕਿ ਕਾਰਨ ਪੁੱਛਿਆ ਜੀ, ਪਾਣ ਲੱਗੇ ਪਾਈਪ ਪਾਣ ਲੱਗੇ ਸੀ ਜੀ। ਜੇ ਕਾਰਨ ਪੁੱਛਦੇ ਆ ਤਾਂ ਅੱਗੋਂ ਗਾਲਾਂ ਬੰਦਾ ਗਲਤ ਬੋਲਦਾ, ਬੰਦਾ ਬਹੁਤ ਮਾੜਾ ਜਾਣੀ ਕਿ ਇਹ। ਅੱਛਾ, ਹਾਂ, ਜਨਾਨੀਆਂ ਵੀ ਇੱਥੇ ਆਈਆਂ, ਉਹਨਾਂ ਦੇ ਵੀ ਗੱਲ ਪੈ ਗਿਆ, ਉਹਨਾਂ ਦੇ ਵੀ ਗਾਲਾਂ ਬੰਦਾ ਬੋਲਿਆ ਜੀ। ਓਕੇ, ਹਾਂਜੀ, ਠੀਕ ਹੈ। ਇਹਨਾਂ ਦਾ ਬੰਦਾ ਜਿਹੜਾ ਆਪਣਾ ਕਿ ਆਪਣਾ ਸਾਰੇ ਇੱਥੇ ਮਕਾਨ ਦਾ ਕੰਮ ਚੱਲਦਾ ਪਿਆ ਤੇ ਸਾਡੇ ਆ ਇੱਕ ਦੋ ਟਰੈਕਟਰ ਆਏ ਆ ਰੇਤਾ ਵਗੈਰਾ ਲੈ ਕੇ ਤੇ ਉੱਥੋਂ ਅਸੀਂ ਟਪਾਉਣ ਲੱਗੇ ਹਾਂ ਤੇ ਇੱਥੋਂ ਰਸਤਾ ਜਦੋਂ ਅਸੀਂ ਆਏ ਹਾਂ ਆਪਣਾ ਟਰੈਕਟਰ ਲੈ ਕੇ ਤੇ ਅੱਗੋਂ ਖੱਡਾ ਵੱਜਿਆ ਪਿਆ ਤੇ ਅਸੀਂ ਇੱਧਰੋਂ ਸਾਈਡ ਤੋਂ ਟਪਾਉਣ ਲੱਗੇ ਹਾਂ ਤੇ ਸਾਡੇ ਇੱਕ ਮੁੰਡੇ ਨੂੰ ਟਰੈਕਟਰ ਫਸਣ ਕਰਕੇ ਉਹਦੀ ਲੱਤ 'ਤੇ ਚੋਟ ਆਈ ਹੈ ਜੀ। ਹੁਣ ਇਹ ਨਹੀਂ ਪਤਾ ਉਹਦੀ ਲੱਤ ਟੁੱਟੀ ਹੈ ਜਾਂ ਉਹਨੂੰ ਕੀ ਹੋਇਆ, ਉਹਨੂੰ ਹੋਸਪਿਟਲ ਇੱਕ ਵਾਰੀ ਭੇਜਿਆ ਜੀ। ਅਤੇ ਅੱਗੋਂ ਜੇ ਉਹਨੂੰ ਬੰਦੇ ਨੂੰ ਕਿਹਾ ਵੀ ਤੂੰ ਚਲੋ ਕੰਮ ਕਰਵਾ ਲਾ ਆਪਣਾ, ਪਰ ਇੱਥੇ ਇੱਕ ਰੈਂਪ ਵਗੈਰਾ ਬਣਾ ਦੇ ਸਾਨੂੰ ਮੱਲੇ ਵਾਲਿਆਂ ਨੂੰ ਲੰਘਣ ਵਾਸਤੇ। ਬਹੁਤ ਮਾੜੀ ਸ਼ਬਦਾਵਲੀ ਅੱਗੋਂ ਵਰਤਦਾ ਬੰਦਾ ਜੀ, ਬਹੁਤ ਗਲਤ ਬੋਲਦਾ। ਅੱਗੋਂ ਕਹਿੰਦਾ ਮੈਂ ਤਾਂ ਮਰ ਜੂੰਗਾ, ਮੈਂ ਸਾਰਿਆਂ ਨੂੰ ਫਸਾ ਦੂੰਗਾ ਜੀ, ਜਾਂ ਮੈਂ ਕਿਸੇ ਨੂੰ ਮਾਰ ਦੂੰ। ਬਹੁਤ ਜਾਣੀ ਕਿ ਗੱਲ ਕਰਨ ਦੇ ਲਾਇਕ ਤਾਂ ਬੰਦਾ ਹੈ ਹੀ ਨਹੀਂ ਜੀ। ਕੀ ਨਾਮ? ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ। ਜਿਨ੍ਹਾਂ ਨੇ ਜਿਨ੍ਹਾਂ ਨਾਲ ਬਹਿਸ ਹੋਈ ਹੈ ਜੀ, ਉਹਨੂੰ ਨੰਬਰਦਾਰ ਨੰਬਰਦਾਰ ਕਹਿੰਦੇ ਆ ਜੀ ਉਹਨੂੰ। ਹਾਂਜੀ, ਜਿਹੜੀਆਂ ਸਰਕਾਰੀ ਇੱਟਾਂ ਨੇ ਉਹ ਵੀ ਨਾਲੋਂ ਪੱਟੀਆਂ ਗਈਆਂ ਜੀ। ਹਾਂਜੀ, ਸੜਕ ਸਰਕਾਰੀ ਹੈ ਜੀ। ਇਹ ਤਕਰੀਬਨ 400 ਪਰਿਵਾਰ ਇੱਥੇ ਰਹਿੰਦਾ ਹੈ ਜੀ, 400 ਪਰਿਵਾਰ ਇੱਥੇ ਲਗਭਗ ਇਹ ਆਪਣੇ ਗੋਬਿੰਦ ਨਗਰ ਦੇ ਵਿੱਚ ਵਸਨੀਕ ਹੈ ਜੀ। ਇਹ ਉਹਨਾਂ ਨੂੰ ਰਸਤਾ ਦਿੱਤਾ ਗਿਆ। ਇੱਥੇ ਦੋ ਤਿੰਨ ਸਕੂਲ ਵੈਨਾਂ, ਦੋ ਇੱਥੇ ਗੱਡੀਆਂ ਖੜੀਆਂ ਨੇ, ਉਹ ਗੱਡੀ ਡੈਮੇਜ ਹੋ ਗਈ ਹੈ ਜੀ, ਗੱਡੀ ਉੱਥੇ ਥੱਲੇ ਵੱਜੀ, ਗੱਡੀ ਡੈਮੇਜ ਹੋ ਗਈ ਹੈ ਜੀ। ਹਾਂਜੀ ਹਾਂਜੀ, ਉਹ ਤੁਸੀਂ ਵੇਖ ਸਕਦੇ, ਚੈੱਕ ਕਰ ਸਕਦੇ ਜੀ। ਅੱਗੋ ਉਹਨਾਂ ਨੇ ਉਤਰ ਕੇ ਬੰਦਿਆਂ ਨੇ ਗੱਲ ਕੀਤੀ ਕਿ ਭਾਅ ਜੀ ਤੁਸੀਂ ਇਹਨੂੰ ਬੰਦ ਕਰਵਾਓ, ਉਹਨਾਂ ਨੂੰ ਬਹੁਤ ਮਾੜੀ ਸ਼ਬਦਾਵਲੀ ਬੰਦਾ ਬੋਲਿਆ। ਸਾਰੀ ਗੱਲ ਸ਼ਬਦਾਵਲੀ ਮਾੜੀ ਹੈ, ਬਿਲਕੁਲ ਸ਼ਬਦਾਵਲੀ ਮਾੜੀ ਹੈ ਜੀ, ਬਿਲਕੁਲ ਸ਼ਬਦਾਵਲੀ ਮਾੜੀ ਹੈ ਜੀ। ਆ ਚਾਰੇ ਪਾਸੇ ਤੁਸੀਂ ਵੇਖ ਸਕਦੇ, ਚੈੱਕ ਕਰੋ ਤੁਸੀਂ। ਗੱਲਬਾਤ ਹੀ ਹੈ ਨਹੀਂ, ਇੱਕ ਤਾਂ ਹੁੰਦਾ ਨਾ ਪਿਆਰ ਨਾਲ ਗੱਲ ਕਰੀਏ ਆਪਾਂ, ਉਹਨੇ ਪਿਆਰ ਨਾਲ ਗੱਲ ਕਰਨ ਦਾ ਉਹਨੂੰ ਗੱਲ ਵੀ ਨਹੀਂ ਆਉਂਦੀ। ਇੱਥੇ ਖੜਿਆ ਕਹਿੰਦਾ ਥਾਂ ਮੇਰੀ ਹੈ ਸਾਰੀ, ਸੜਕ ਇਹ ਆਪਣੀ ਸੜਕ ਦੇ ਉੱਪਰ ਲਿਆਈ ਬੈਠਾ ਚਾਰ ਦੀਵਾਰੀ। ਸਹੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਾ, ਇਹ ਸੜਕ ਤੋਂ ਪਿੱਛੇ ਦੀ ਹੁੰਦੀ ਹੈ ਦੀਵਾਰ, ਜ਼ਿਆਦਾ ਨਹੀਂ ਤੇ ਵੀਰ ਜੀ ਅੱਧਾ ਫੁੱਟ ਇਹ ਪਿੱਛੇ ਜਾਊਗੀ। ਹਾਂਜੀ, ਤੇ ਇਹ ਸਾਨੂੰ ਦੋ ਵਹੀਕਲ ਆਪਣੇ ਸਾਹਮਣੇ ਨਹੀਂ ਲੰਘ ਸਕਦੇ, ਕਿਉਂਕਿ ਵੇਖੋ ਉਹ ਸਾਹਮਣੇ ਸਾਡੇ ਵੇਖੋ ਭਾਜੀ, ਆਹ ਜਗ੍ਹਾ ਦੇ ਵਿੱਚ ਇਹਨੇ ਕਬਜ਼ਾ ਕੀਤਾ, ਇੱਥੋਂ ਕਿੱਥੋਂ ਦੋ ਵਹੀਕਲ ਟੱਪ ਜਾਣਗੇ? ਇਹ ਤਾਂ ਅੱਜ ਦਾ ਰਾਹ ਹੈ ਨੀ। ਦੋ ਵਹੀਕਲ ਇਕੱਠੇ ਨੀ ਲੰਘਦੇ ਜੀ ਇੱਥੋਂ,
ਦੋ ਵਹੀਕਲ ਇਕੱਠੇ ਨੀ ਲੰਘਦੇ, ਇੱਕ ਨੂੰ ਰੋਕਣਾ ਪੈਂਦਾ ਤਾਂ ਤੇ ਲੰਘਦਾ। ਖੰਭੇ ਆ ਜਿਹੜੇ ਦੇਖੋ ਜੀ ਨਾ, ਖੰਭੇ ਭਾਜੀ ਅੰਦਰ ਵਾਰ ਲਾਈਨ ਕਰਦੇ ਆ, ਕਿਸੇ ਨੂੰ ਵਾਰ ਹੋ ਗਏ ਆ ਰਹੇ ਨੇ। ਵੇਖੋ ਤੁਸੀਂ ਆ ਵੇਖੋ ਕੀ ਹਾਲ ਬਣਾ ਰੱਖਿਆ, ਬੜੇ ਫੋਨ ਤੇ ਅੱਗੋਂ ਧਮਕੀਆਂ ਦੇਣ ਡਿਆ। ਬਿਲਕੁਲ ਇਹ ਜਗ੍ਹਾ ਤੁਹਾਨੂੰ ਦਿਖਾਈ ਹੈ ਜਿੱਥੇ ਵਿਵਾਦ ਹੈ। ਦੱਸ ਦਈਏ ਕਿ ਇਹ ਪਾਈਪ ਪਾਉਣ ਦੇ ਲਈ ਜਾਂ ਕਿਸੇ ਹੋਰ ਕੰਮ ਦੇ ਲਈ ਇਸ ਸੜਕ ਨੂੰ ਪੁੱਟਿਆ ਗਿਆ ਸੀ, ਜਿਸ ਨੂੰ ਲੈ ਕੇ ਜਿਹੜਾ ਹੈਗਾ ਇੱਥੇ ਵਿਵਾਦ ਹੋਇਆ। ਤਾਂ ਜੋ ਲੋਕ ਨੇ ਮੁਹੱਲੇ ਦੇ ਰਹਿਣ ਵਾਲੇ ਉਹ ਉਹਨਾਂ ਦੇ ਆਰੋਪ ਨੇ ਕਿ ਇਹ ਜਿਹੜਾ ਹੈਗਾ ਇੱਥੋਂ ਰੋਡ ਪੱਟ ਦਿੱਤੀ ਗਈ, ਤਾਂ ਉਸ ਤੋਂ ਬਾਅਦ ਇਹ ਸਾਰਾ ਜਿਹੜਾ ਹੈਗਾ ਮਸਲਾ ਉਲਝਿਆ। ਤਾਂ ਕਹਿੰਦੇ ਆ ਕਿ 400 ਦੇ ਕਰੀਬ ਘਰ ਹੈ ਜਿਹੜੇ ਇੱਥੇ ਗੋਬਿੰਦ ਨਗਰੀ ਦੇ ਵਿੱਚ ਵੱਸਦੇ ਆ, ਔਰ ਉਹਨਾਂ ਦਾ ਕਹਿਣਾ ਹੈ ਕਿ ਪੀਣ ਵਾਲੇ ਪਾਣੀ ਦੀ ਸਪਲਾਈ ਜਿਹੜੀ ਹੈ ਉਹ ਪਾਈਪ ਟੁੱਟਣ ਦੇ ਕਾਰਨ ਕਾਫੀ ਮੁਸ਼ਕਿਲ ਜਿਹੜੀ ਉਹਨਾਂ ਨੂੰ ਆ ਰਹੀ ਹੈ। ਤਾਂ ਰੋਡ ਦੇ ਉੱਤੇ ਸਾਹਮਣੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ, ਇਕੱਠ ਹੋਇਆ ਤਾਂ ਵੱਡੀ ਤਾਦਾਦ ਦੇ ਵਿੱਚ ਲੋਕ ਪਹੁੰਚੇ ਹੈ, ਔਰ ਇਹ ਉਹ ਲੋਕ ਹੈ ਜਿਹੜੇ ਇਸ ਮੁਹੱਲੇ ਦੇ ਬਸ਼ਿੰਦੇ ਹੈਗੇ ਆ। ਠੀਕ ਹੈ, ਹਾਂ, ਦੱਸਿਆ ਜਾ ਰਿਹਾ ਕਿ ਇਹ ਸੜਕ ਜਿਹੜੀ ਹੈ ਇਹ 20 ਫੁੱਟੀ ਸੀਗੀ ਜਿਹੜੀ ਹੁਣ ਕੱਟ ਦਿੱਤੀ ਗਈ ਹੈ, ਥੋੜ੍ਹੀ ਰਹਿ ਗਈ ਹੈ। ਤਾਂ ਫਿਲਹਾਲ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਇੱਕ ਵਾਰ ਫਿਰ ਅਸੀਂ ਹਾਈਵੇ 'ਤੇ ਪਹੁੰਚੇ ਹਾਂ। ਹਾਈਵੇ 'ਤੇ ਬਸ ਛੱਡ ਦੇ ਹਾਈਵੇ ਦੀਆਂ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਦਿਖਾ ਰਹੇ ਹਾਂ ਲਾਈਵ ਇਸ ਸਮੇਂ ਦੀਆਂ, ਜਿੱਥੇ ਪੁਲਿਸ ਪ੍ਰਸ਼ਾਸਨ ਵੀ ਹੈਗਾ। ਮੁਹੱਲਾ ਵਾਸੀਆਂ ਨੇ ਧਰਨਾ ਲਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਪੁਲਿਸ ਨੇ ਧਰਨਾ ਨਹੀਂ ਲੱਗਣ ਦਿੱਤਾ। ਤਾਂ ਲਾਈਵ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜਲਾਲਾਬਾਦ ਦੇ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਤੋਂ।